at Tej Sathya Red FM with the amazing Duffley. Yes. ਸਾਨੂੰ ਦੱਸੋ ਕਿ ਡਫਲੀ ਤੋਂ ਇਲਾਵਾ ਹੋਰ ਕਿਹੜਾ ਇੰਸਟਰੂਮੈਂਟ ਤੁਸੀਂ ਪਲੇ ਕਰ ਲੈਂਦੇ ਆ? ਹਾਰਮੋਨੀਅਮ ਆਉਂਦਾ ਥੋੜਾ ਜਿਹਾ ਜੀ, ਉਹ ਮੈਂ ਆਪਣੇ ਲਈ ਜਿੰਨਾ ਕਿ ਮੈਨੂੰ ਚਾਹੀਦਾ ਮੈਂ ਵਜਾ ਲੈਣਾ। ਹਾਂ ਜੀ, ਉਹ ਕਰ ਲੈਣਾ ਹੁੰਦਾ ਹੈ ਨਾ। ਬਟ ਜਿਹੜਾ ਆਲ ਟਾਈਮ ਮੈਂ ਕਿਤੇ ਪਰਫਾਰਮ ਕਰਨਾ ਕਿ ਇਹਨੂੰ ਕਹਿੰਦੇ ਵੋਕਲ ਦਾ ਸੱਪ ਜੀ, ਜਿਹੜੇ ਬਹੁਤ ਠੇਠ ਪੰਜਾਬੀ ਜਾਣਦੇ ਹੋਣਗੇ ਇੱਥੇ, ਉਹਨਾਂ ਨੂੰ ਪਤਾ ਹੈ ਵੋਕਲ ਦਾ ਹਥਿਆਰ, ਵੋਕਲ ਦਾ ਸੱਪ। ਇਹ ਮੇਰੀ ਉਹ ਚੀਜ਼ ਆ, ਮਤਲਬ ਜਦ ਤੱਕ ਵਿਆਹ ਨਹੀਂ, ਵਿਆਹ ਤੋਂ ਬਾਅਦ ਵੀ ਇਹੀ ਹੈ ਮੇਰੇ ਹਿਸਾਬ ਨਾਲ। ਇੱਕ ਵਾਈਫ ਲਾ ਲਓ ਕਿਉਂਕਿ 24 ਘੰਟੇ ਮੇਰੇ ਨਾਲ ਹੈ। ਗੁਰਦਾਸ ਮਾਨ ਬਣਦਾ ਹੈ। ਬੈਂਡ ਦੇ ਨਾਲ ਡਫਲੀ ਨੇ ਗਾਇਆ, ਬਟ ਮੈਨੂੰ ਬਹੁਤ ਸਾਰੇ ਲੋਕਾਂ ਨੇ, ਦੋਸਤਾਂ ਨੇ ਸਲਾਹ ਦਿੱਤੀ ਕਿ ਨਹੀਂ ਤੂੰ ਕਰ, ਮਾਨ ਸਾਹਿਬ ਹੁਣਾਂ ਦਾ ਆਪਣਾ ਗੁਰਦੁਆਰਾ, ਉਹ ਬਹੁਤ ਵਧੀਆ ਹੈ, ਬਟ ਤੀਰਾ ਜਿਹੜਾ ਵਜਾਉਣ ਦਾ ਸਟਾਈਲ ਵੀ ਕਿਆ ਬਾਤ ਹੈ। ਨਾਲੇ ਉਦਾਂ ਵੀ ਲੈਕਰਾ ਦੀ ਡਫਲੀ ਤੇ ਸਿਰਫ ਵਨ ਸਿੰਬਲ ਜਈ ਹੈ। ਹਾਂਜੀ, ਤੁਸੀਂ ਬਾਕੀ ਸਾਰੀਆਂ ਲਾ ਦਿੱਤੀਆਂ। ਬਾਕੀ ਇਸ ਕਰਕੇ ਉਤਾਰ ਦਿੱਤੇ ਹਨ ਕਿ ਉਹ ਡਿਸਟਰਬ ਕਰਦੀਆਂ, ਸਾਊਂਡ ਜਿਹੜੀ ਨਾ ਉਹ ਤੁਹਾਨੂੰ ਮਿਠਾਸ ਨਹੀਂ ਦਊ। ਹਾਂਜੀ, ਇਹ ਸਿੰਗਲ ਹੈ, ਇਹ ਜਦੋਂ ਵੱਜੇਗੀ ਤੇ ਇਹਨੂੰ ਜ਼ਿਆਦਾ ਇਹਦਾ ਸ਼ੋਰ ਨਹੀਂ ਹੋਏਗਾ, ਕੱਲੀ ਦੀ ਇੱਕ ਟੋਨ ਆਏਗੀ ਇਸ ਕਰਕੇ ਇੱਦਾਂ। ਅਸੀਂ ਗੱਲਾਂ ਬਾਤਾਂ ਕਰਦੇ ਸੀਗੇ, ਤੁਸੀਂ ਮੈਨੂੰ ਦੱਸਿਆ ਸੀਗਾ ਕਿ ਜਿਹੜੇ ਕਾਮੇਡੀ ਵਿਦ ਕਪਲ ਨਾਈਟਸ ਆ। ਹਾਂ, ਕਾਮੇਡੀ ਨਾਈਟਸ ਵਿਦ ਕਪਲ ਬੜਾ ਹਿੱਟ ਸ਼ੋਅ ਆ ਸਾਡਾ, ਉਹ ਮੇਰਾ ਦੋਸਤ ਹੈ ਨਿੱਕਾ। ਹਾਂਜੀ, ਸੋ ਤੁਸੀਂ ਉਹਨਾਂ ਦੇ ਸ਼ੋਅ ਤੇ ਵੀ? ਮੈਂ ਉਸ ਸ਼ੋਅ ਦੇ ਵਿੱਚ ਲਾਸਟ ਜਿੱਦਾਂ ਸ਼ੁਰੂ ਹੋਇਆ, ਹਾਂਜੀ, ਉਸ ਸ਼ੋਅ ਦੇ ਵਿੱਚ ਪਹਿਲਾ ਸਿੰਗਰ ਮੈਂ ਹੀ ਸੀਗਾ ਜਿਹਨੇ ਉਹਦੇ ਵਿੱਚ ਪਰਫਾਰਮ ਕੀਤਾ। ਔਰ ਉਸ ਦਿਨ ਲੱਕੀਲੀ ਮੈਂ ਬੜਾ ਫੈਨ ਆ ਸ਼ਾਹਰੁਖ ਖਾਨ ਦਾ, ਸਲਮਾਨ ਦਾ, ਸੋ ਉਸ ਦਿਨ ਸ਼ਾਹਰੁਖ ਖਾਨ ਆਏ ਸੀਗੇ ਜੀ, ਤੇ ਮੈਂ ਫਿਰ ਉਹਨਾਂ ਦੇ ਗਾਣਾ ਉਹਨਾਂ ਨੂੰ ਸੁਣਾਇਆ, ਤੇ ਫਿਰ ਸਿੱਧੂ ਭਾਜੀ ਔਰ ਸ਼ਾਹਰੁਖ ਔਰ ਕਪਿਲ ਔਰ ਸਾਰੀ ਆਡੀਅੰਸ ਨੇ ਬੜਾ ਇੰਜੋਏ ਕੀਤਾ। ਸ਼ਾਹਰੁਖ ਖਾਨ ਨੱਚਿਆ ਵੀ ਮੇਰੇ ਨਾਲ, ਬੜਾ ਮਜ਼ਾ ਕੀਤਾ ਉਸ ਦਿਨ, ਬੜਾ ਫਨ ਹੋਇਆ, ਲੋਕਾਂ ਨੇ ਬੜਾ ਪਿਆਰ ਵੀ ਕੀਤਾ, ਜਿਹਨੇ ਜਿਹਨੇ ਦੇਖਿਆ, ਜਿਹੜੇ ਮੈਨੂੰ ਪੁਰਾਣੇ ਜਾਣਦੇ ਸੀ ਉਹਨਾਂ ਨੇ ਮੈਨੂੰ ਸਪੈਸ਼ਲੀ ਫੋਨ ਵੀ ਕੀਤੇ ਕਿ ਤੇਜੀ ਤੂੰ ਬਹੁਤ ਵਧੀਆ ਉਹਦੇ ਵਿੱਚ ਪਰਫਾਰਮ ਕੀਤਾ, ਔਰ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਸਾਡਾ ਮੁੰਡਾ ਉੱਥੇ ਤੱਕ ਪਹੁੰਚਿਆ। ਸੋ ਵਾਹਿਗੁਰੂ ਦੇ ਹੱਥ ਆ, ਜਿੱਦਾਂ ਜਿੱਦਾਂ ਹੁਕਮ ਉੱਦਾਂ ਉੱਦਾਂ ਮਿਲ ਜਾਂਦਾ ਕੁਛ। ਹਾਂਜੀ, ਤੁਸੀਂ ਕਿਹੜਾ ਗੀਤ ਗਾਇਆ ਸੀਗਾ ਪਲੀਜ਼ ਥੋੜਾ ਜਿਹਾ? ਹੌਲੇ ਹੌਲੇ ਸੇ ਹਵਾ ਲੱਗਦੀ ਹੈ, ਹੌਲੇ ਹੌਲੇ ਸੇ ਦੁਆ ਲੱਗਦੀ ਹੈ, ਹੌਲੇ ਹੌਲੇ ਸੇ ਦੁਆ ਲੱਗਦੀ ਹੈ ਨਾ, ਹਾਏ ਹੌਲੇ ਹੌਲੇ ਚੰਦਾ ਬਣਦਾ ਹੈ, ਹੌਲੇ ਹੌਲੇ ਤੂੰ ਗੱਡ ਉੱਠਦਾ ਹੈ, ਹੌਲੇ ਹੌਲੇ ਸੇ ਨਸ਼ਾ ਕਰਦਾ ਹੈ ਨਾ, ਤੂੰ ਸਬਰ ਤਾਂ ਕਰ ਮੇਰੀ ਯਾਰ, ਜ਼ਰਾ ਸਾਥ ਤਾਂ ਲੈ ਦਿਲ ਦਾ, ਸ਼ੇਰ ਦੇ ਸਾਹਮਣੇ ਬੱਕਰੀ ਵਾਲੀ ਗੱਲ ਸੀਗੀ, ਬਟ ਮੇਰਾ ਕੰਫੀਡੈਂਸ ਬਾਅਦ ਚ ਠੀਕ ਹੋ ਗਿਆ, ਅੰਤਰੇ ਦੇ ਵਿੱਚ ਪੂਰੇ ਗਾਣੇ ਦੇ ਵਿੱਚ ਫਿਰ ਮੈਂ ਸਫਾਈ ਤਰ੍ਹਾਂ ਗਾਇਆ, ਔਰ 2.5-3 ਮਿੰਟ ਦਾ ਫਿਰ ਉਹ ਟੀਵੀ ਤੇ ਚੱਲਿਆ ਕਲਰ ਚੈਨਲ ਤੇ, ਔਰ ਮੈਨੂੰ ਪਿਆਰ ਮਿਲਿਆ। ਹੁਣ ਫਿਰ ਦੁਬਾਰਾ ਕਦੇ ਮੌਕਾ ਮਿਲੇਗਾ, ਵਿੱਚ ਜੇ ਗੱਲ ਚੱਲ ਰਹੀ ਸੀ ਕਿ ਬਿਗ ਬੋਸ ਚ ਬੁਲਾਉਣਾ, ਔਰ ਮੈਂ ਟਿਕਟ ਤਾਂ ਵੈਸੇ ਅੱਗੇ ਕਰਵਾ ਲਈ ਹੈ, ਇਨ ਕੇਸ ਮੈਨੂੰ ਕਾਲ ਆ ਗਈ ਇੰਡੀਆ ਤੋਂ, ਅਗਰ ਬਿਗ ਬੋਸ ਇਸ ਵਾਰੀ ਜਿਹੜਾ ਸ਼ੁਰੂ ਹੋਏਗਾ, ਉਹ ਕਹਿ ਰਹੇ ਸੀ ਕਿ ਤੇਜੀ ਨੂੰ, ਕਪਿਲ ਨੇ ਕਿਹਾ ਸੀ ਕਿ ਤੇਜੀ ਨੂੰ ਲਓ, ਕਿ ਮੇਰਾ ਫਰੈਂਡ ਆ ਵਧੀਆ ਕਰ ਲੈਂਦਾ, ਸੋ ਏਦਾਂ ਦੇ ਉਹਨਾਂ ਨੂੰ ਬੰਦਿਆਂ ਦੀ ਲੋੜ ਆ, ਸੋ ਸ਼ਾਇਦ ਜੇ ਫੋਨ ਆ ਗਿਆ ਮੈਂ ਚਲਾ ਜਾਊਂਗਾ, ਨਹੀਂ ਤੇ ਪ੍ਰੋਗਰਾਮ ਮੈਨੂੰ ਆਣੇ ਸ਼ੁਰੂ ਹੋ ਗਏ ਆ। ਵੈਰੀ ਨਾਈਸ, ਸੋ ਇੱਕ ਮਿੰਟ ਔਰ ਫੇਸਬੁੱਕ ਤੇ ਵੀ, ਓਕੇ, ਫੇਸਬੁੱਕ ਔਰ ਮੇਰਾ ਫੈਨ ਪੇਜ ਵੀ, ਮੇਰਾ, ਮੈਂ ਚਾਹਾਂਗਾ ਮੇਰਾ ਫੈਨ ਪੇਜ ਲਾਈਕ ਕਰਿਆ ਕਰੋ, ਕਿਉਂਕਿ ਮੇਰੀ ਜਿਹੜੀ ਆਈਡੀ ਉਹ ਫੋਲੋ ਹੋ ਚੁੱਕੀ ਹੈ ਦੂਸਰੀ ਵਾਲੀ, ਸੋ ਫੈਨ ਪੇਜ ਦੇ ਉੱਪਰ ਗੁਆ ਰਿਹਾ, ਉੱਥੇ ਮੇਰੀਆਂ ਰਿਕੁਐਸਟ ਵਧੀਆਂ, ਸੋ ਇਹ ਗੱਲ।
ਸੋ ਤੁਸੀਂ ਕਿਹਾ ਸੀਗਾ ਕਿ ਤੁਸੀਂ ਬਿਗ ਬਾਸ ਦੇ ਵਿੱਚ ਯੂ ਤੁਹਾਨੂੰ ਮਾਈਂਡ ਨਹੀਂ ਹੈਗਾ ਯੂ ਵਡ ਗੋ ਹਾਂਜੀ ਹਾਂਜੀ ਲਾਈਕ ਸੋ ਵਧੀਆ ਕਨਸੈਪਟ ਹੈਗਾ ਉਹ ਚ ਹਾਈਪ ਮਿਲਦੀ ਹੈ ਹਾਂਜੀ ਹਾਂਜੀ ਉਹ ਚ ਨੁਕਤਾ ਜੀ ਨਹੀਂ ਚੱਲਦੀ ਉਹ ਲਾਈਕ ਕਰਦੇ ਆ ਦੇਖਦੇ ਆ ਨੂੰ ਉਹ ਮੈਨੂੰ ਤਾਂ ਮਨ ਦੈਟ ਸ਼ੋਸ ਫਨੀ ਹੈ ਮੈਨੂੰ ਪਤਾ ਜੇ ਮੈਂ ਜਾਊਂਗਾ ਮੈਂ ਪੂਰਾ ਫਨ ਕਰ ਗਿਆ ਹਾਂਜੀ ਲੋਕੀ ਇੰਜੋਏ ਕਰਦੇ ਨੇ ਮੈਂ ਵੀ ਸੋਚਦੀ ਸੀ ਨਾ ਕਿ ਇਦਾਂ ਦੇ ਸ਼ੋਅ ਚ ਨਾ ਬੰਦੇ ਨੂੰ ਜਾਣਾ ਚਾਹੀਦਾ ਹੈ ਐਂਡ ਜਾ ਕੇ ਨਾ ਸਾਰਿਆਂ ਦੇ ਨਾਲ ਬਣਾ ਕੇ ਰੱਖੀਏ ਪਰ ਸਾਰਿਆਂ ਦੀ ਇੱਕ ਦੂਜੇ ਨਾਲ ਲੜਾਈ ਕਰਾਈ ਜਾਵੇ ਤਾਂ ਪਿੱਛੇ ਦੀ ਹੱਸੀ ਜਾਵੇ ਨਹੀਂ ਮੈਂ ਤਾਂ ਸਾਰੇ ਠੀਕ ਕਰ ਕੇ ਆਉਂਦੀ ਮੈਂ ਐਂਟਰਟੇਨਮੈਂਟ ਵਾਸਤੇ ਵੈਰੀ ਨਾਈਸ ਦੈਟ ਵੁੱਡ ਬੀ ਇੰਟਰਸਟਿੰਗ ਮੇਰੇ ਕੋਲ ਚਾਹ ਚੀਜ਼ ਹੈਗੀ ਆ ਇਹ ਜ਼ਰੂਰ ਲੈ ਕੇ ਜਾਏ ਮੈਂ ਆਪਣੀ ਡੈਫਨੀ ਲਾਉਂਗਾ ਜੇ ਮੈਨੂੰ ਬੁਲਾਉਂਦੇ ਆ ਇਨ ਕੇਸ 99% ਉਹਨਾਂ ਨੇ ਕਿਹਾ ਸੀ ਬੁਲਾਵਾਂਗੇ ਹਾਂਜੀ ਅਗਰ 1% ਨਹੀਂ ਬੁਲਾਉਂਦੇ ਤੇ ਕੋਈ ਮਾੜਾ ਨਹੀਂ ਕੈਨੇਡਾ ਕੋਈ ਗੱਲ ਨਹੀਂ ਠੀਕ ਹੈ ਨਾ ਮੌਜ ਕਰਦੇ ਪਏ ਆ ਜੀ ਪਰ ਤੁਸੀਂ ਪਤਾ ਕਿ ਡੈਫਨੀ ਜ਼ਰੂਰ ਲੈ ਕੇ ਜਾਓ ਹਾਂਜੀ ਜੇ ਉਸ ਘਰ ਦੇ ਵਿੱਚ ਹਾਂਜੀ ਹਾਂਜੀ ਹਨਾ ਕਿਸੇ ਦੀ ਜ਼ਰੂਰਤ ਵੀ ਹੋਈ ਹਨਾ ਮੈਨੂੰ ਪਤਾ ਤੁਹਾਡੇ ਨਾਲ ਮੁਕਾਬਲਾ ਕਿਸੇ ਤਰ੍ਹਾਂ ਦੀ ਕਰਦੀ ਨਾ ਤੁਸੀਂ ਬਸ ਚੁੱਪ ਕਰਕੇ ਸੋਫੇ ਤੇ ਬੈਠ ਕੇ ਡੈਫਨੀ ਸ਼ੁਰੂ ਕਰ ਦਿਓ ਬਸ ਗਾਣਾ ਸ਼ੁਰੂ ਕਰ ਦਿਓ देयर वी गो ਸੋ ਆਈ ਏਮ ਸੋ ਯੂ ਨੋ ਵਾਈ ਗੁਰੂ ਦੀ ਮਿਹਰ ਦੇ ਨਾਲ ਆਈ ਵੁਡ ਲਵ ਟੂ ਸੀ ਯੂ ਇਨ ਬਿਗ ਬਾਸ ਪਰ ਇਹ ਜ਼ਰੂਰ ਲੈ ਕੇ ਜਾਇਆ ਬਸ ਮੈਂ ਤੇ ਕਹਿਣਾ ਕਿ ਇਨਸ਼ਾਅੱਲਾ ਵਾਈ ਗੁਰੂ ਕਰੇ ਕਿ ਮੇਰਾ ਕਦੀ ਇਦਾਂ ਦਾ ਟਾਈਮ ਬਣੇ ਜੀ ਕਿਉਂਕਿ ਮੈਂ ਪਹਿਲੇ ਹੀ ਸਿੰਗਰ ਸੀ ਉਸ ਟਾਈਮ ਤੇ ਔਰ ਇੱਕ ਹੋਰ ਮੇਰੇ ਲਈ ਜੋ ਪਰਸਨਲੀ ਮਾਣ ਵਾਲੀ ਗੱਲ ਆ ਕਿ 2007 ਦੇ ਵਿੱਚ ਅਸੀਂ 2020 ਵਰਲਡ ਕੱਪ ਜਿੱਤਿਆ ਔਰ ਮੇਰੇ ਵੀਰ ਹਰਭਜਨ ਦਾ ਕਰਕੇ ਮੈਨੂੰ ਸਾਰੇ ਮੀਡੀਆ ਵਿੱਚ ਪੂਰੇ ਇੰਡੀਆ ਨੂੰ ਪਤਾ ਕਿ ਤੀਜੀ ਜਿਹੜਾ ਮੁੰਡਾ ਡਫਲੀ ਨਾਲ ਗਾਉਂਦਾ ਉਹ ਭੱਜੀ ਦਾ ਦੋਸਤ ਆ ਸੋ ਉਹਨਾਂ ਨੇ ਮੈਨੂੰ ਅੱਜ ਤੱਕ ਨਿਊਜ਼ ਨੇ ਜ਼ੀ ਨਿਊਜ਼ ਨੇ ਬਕਾਇਦਾ ਪੇਮੈਂਟ ਦੇ ਕੇ ਮੈਨੂੰ ਆਪਣੇ ਸਾਰੇ ਸ਼ੋਆਂ ਵਿੱਚ ਬੁਲਾਉਂਦੇ ਆ ਜਦੋਂ ਵੀ ਕੋਈ ਇੰਡੀਆ ਦਾ ਮੈਚ ਹੁੰਦਾ ਧੋਨੀ ਲਈ ਗਾਵਾਂ ਚਾਹੇ ਯੁਵਰਾਜ ਲਈ ਗਾਵਾਂ ਚਾਹੇ ਹਰਭਜਨ ਲਈ ਗਾਵਾਂ ਸੋ ਇਦਾਂ ਦਾ ਮੇਰੇ ਨਾਂ ਤੇ ਇੱਕ ਇਹ ਵੀ ਮੈਨੂੰ ਮਾਣ ਪ੍ਰਾਪਤ ਹੋਇਆ ਕਿ ਮੈਂ ਇਹਨਾਂ ਦੋਸਤਾਂ ਦੇ ਵਿੱਚ ਇਹਨਾਂ ਇਸ ਲੈਵਲ ਦੇ ਉੱਪਰ ਜਿਹੜੇ ਉਹ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਮਹਿੰਦਰ ਸਿੰਘ ਅਮਰਨਾਥ ਕਪਿਲ ਦੇਵ ਨਵਜੋਤ ਸਿੰਘ ਸਿੱਧੂ ਇਹਨਾਂ ਨਾਲ ਬਹਿਣ ਦਾ ਇੱਕ ਨਾਰਮਲ ਜਿਹੇ ਬੰਦੇ ਨੂੰ ਉਹਨਾਂ ਨਾਲ ਮਿਲਣ ਦਾ ਮੌਕਾ ਮਿਲਦਾ ਉਸ ਟਾਈਮ ਤੇ ਅਗਲਾ ਗੀਤ ਜਿਹੜਾ ਅਸੀਂ ਪੇਸ਼ ਕਰਨ ਲੱਗੇ ਇਟਸ ਫਰਮ ਬਲੂ ਆਈਸ ਅਤੇ ਗੀਤ ਹੈਗਾ ਯਾਰ ਇਹ ਵੀ ਗੁਰਪ੍ਰੀਤ ਘੁੱਗੀ ਭਾਈ ਦਾ ਲਿਖਿਆ ਹੈ ਉਹ ਬੱਲੇ ਇਹਨਾਂ ਦਾ ਯੂ ਨੋ ਵਨ ਆਈ ਟੂ ਦ ਫਿਲਮ ਵਿਦ ਹਿਮ ਇਹਨਾਂ ਦਾ ਮੈਨੂੰ ਵੀ ਨਹੀਂ ਪਤਾ ਸੀ ਕਿ ਉਹ ਇੰਨਾ ਲਿਖਦੇ ਆ ਬਹੁਤ ਅੱਛੇ ਰਾਈਟਰ ਵੀ ਹਾਂ ਬਿਲਕੁਲ ਅੱਛੇ ਇਨਸਾਨ ਵੀ ਹੈ ਰਾਈਟਰ ਵੀ ਹੈ ਔਰ ਅੱਛੇ ਕਮੇਡੀਅਨ ਤਾਂ ਹੈ ਹੀ ਹੈ ਹਾਂਜੀ ਸੋ ਇਸ ਗੀਤ ਦੀ ਕੋਈ ਖਾਸੀਅਤ ਸਾਨੂੰ ਕੁਝ ਇਸ ਗੀਤ ਬਾਰੇ ਦੱਸੋ ਇਹ ਇੱਕ ਸਾਰਿਆਂ ਦਾ ਸਾਂਝਾ ਹੈ ਮੇਰੇ ਖਿਆਲ 'ਚ ਹਰ ਇੱਕ ਨੂੰ ਇੱਕ ਦੂਜੇ ਦੀ ਯਾਦ ਆਏਗੀ ਇਹ ਵੈਸੇ ਉਹਨਾਂ ਲਿਖਿਆ ਇਹਨੂੰ ਇਕੁਅਲੀ ਸੀਗਾ ਬਟ ਮੈਂ ਉਹਨੂੰ ਥੋੜਾ ਇੱਕ ਮੁੰਡੇ ਵੱਲੋਂ ਕਹਿਤਾ ਜਿੱਦਾਂ ਕੁੜੀ ਨੂੰ ਕਹਿ ਰਿਹਾ ਕਿ ਤੈਨੂੰ ਯਾਦ ਤਾਂ ਮੇਰੀ ਆਵੇਗੀ ਨੀ ਭਾਵੇਂ ਕਦੀ ਕਦੀ ਕਹਿੰਦਾ ਕੋਈ ਹੋਇਆ ਮੌਕਾ ਖਾਸ ਜਦੋਂ ਤੇਰੀ ਹੋਣੀ ਰੂਹ ਉਦਾਸ ਜਦੋਂ ਮੇਰੀ ਲੋੜ ਤਾਂ ਵੱਡ ਵੱਡ ਖਾਵੇਗੀ ਨੀ ਭਾਵੇਂ ਕਦੀ ਕਦੀ ਤੈਨੂੰ ਯਾਦ ਤਾਂ ਮੇਰੀ ਆਵੇਗੀ ਨੀ ਭਾਵੇਂ ਕਦੀ ਕਦੀ ਤੇ ਜੀ ਸੰਤੂ ਸਾਨੂੰ ਦੱਸੋ ਕਿ ਤੁਹਾਡੇ ਫੇਵਰੇਟ ਐਕਟਰ ਕੌਣ ਹੈ ਮੇਰਾ ਫੇਵਰੇਟ ਐਕਟਰ ਤਾਂ ਸਾਰੇ ਦਾ ਜਿੱਦਾਂ ਸਾਰੇ ਕਹਿੰਦੇ ਅਮਿਤਾਭ ਬੱਚਨ ਨੇ ਹਾਂਜੀ ਪਰ ਮੇਰਾ ਜਦੋਂ ਮੈਂ ਕਾਲਜ ਟਾਈਮ ਤੇ ਸੀਗਾ ਮੇਰਾ ਫੇਵਰੇਟ ਹੀਰੋ ਸਲਮਾਨ ਖਾਨ ਹੁੰਦਾ ਸੀ ਸਲਮਾਨ ਖਾਨ ਅੱਜ ਵੀ ਸਲਮਾਨ ਖਾਨ ਹੀ ਹੈ ਅੱਜ ਵੀ ਸਲਮਾਨ ਖਾਨ ਹੈ ਵੈਰੀ ਨਾਈਸ ਸੋ ਮੈਂ ਪੂਰਾ ਕੱਟੜਿਆ ਆਪਣੇ ਹੀਰੋ ਲਈ ਅਤੇ ਫੇਵਰੇਟ ਐਕਟ੍ਰੈਸ ਐਕਟ੍ਰੈਸ ਮੇਰੀਆਂ ਟਾਈਮ ਟਾਈਮ ਤੇ ਬਦਲਦੀਆਂ ਰਹੀਆਂ ਹਾਂਜੀ ਜਿੱਦਾਂ ਮੈਨੂੰ ਕਾਜਲ ਬੜੀ ਪਸੰਦ ਸੀ ਹਾਂਜੀ ਤਨੂਜਾ ਦੀ ਕੁੜੀ ਹੈ ਨਾ ਜੀ ਜੀ ਫਿਰ ਉਸ ਤੋਂ ਬਾਅਦ ਜੇ ਫਿਰ ਪ੍ਰੀਤੀ ਜੈਂਟਾ ਬੜੀ ਚੰਗੀ ਲੱਗੀ ਫਿਰ ਮੈਨੂੰ ਐਸ਼ਵਰਿਆ ਵੀ ਚੰਗੀ ਲੱਗੀ ਨਵੀਆਂ ਚ ਮੈਨੂੰ ਆਲੀਆ ਭੱਟ ਬਹੁਤ ਪਸੰਦ ਹੈ ਜੀ ਸੋ ਇਸੇ ਤਰ੍ਹਾਂ ਹੀ ਟਾਈਮ ਟਾਈਮ ਤੇ ਚੇਂਜ ਓਕੇ ਤੁਹਾਡੀ ਫੇਵਰਿਟ ਫਿਲਮ ਮੈਨੇ ਪਿਆਰ ਕੀਆ ਕਿਉਂ ਦਿਲਵਾਲੇ ਦੁਲਹਨੀਆ ਲੈ ਜਾਏਗੀ ਓਕੇ ਉਹ ਤਾਂ ਅਸੀਂ ਵੀ ਗਿਆ ਸੀ ਨਾ ਕਾਲਜ ਟਾਈਮ ਤੇ ਜਿਹੜੀ ਫਿਲਮ ਤਾਂ ਚੰਗੀ ਲੱਗਦੀ ਆ ਬੰਦਾ ਉਹਦਾ ਹੀ ਨਾਮ ਲੈਂਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਫੀਲ ਕਰਦੇ ਹੋ ਮੈਂ ਵੀ ਸਲਮਾਨ ਖਾਨ ਹਾਂ ਮੈਂ ਸਲਮਾਨ ਖਾਨ ਹਾਂ ਬੰਦਾ ਆਪਣੇ ਤਰੀਕੇ ਨਾਲ ਕਿਸੇ ਕੁੜੀ ਨੂੰ ਆਪ ਪ੍ਰਪੋਜ਼ ਕਰ ਰਿਹਾ ਨਾ ਕਾਲਰ ਖੜੇ ਕਰਕੇ ਜਾਂ ਮੋਟਰਸਾਈਕਲ ਤੇ ਸਾਡਾ ਸਕੂਟਰ ਮਿਲਦਾ ਸੀ ਉਸ ਟਾਈਮ ਤੇ ਸੋ ਤੁਹਾਨੂੰ ਇਹ ਮਹਿਸੂਸ ਹੁੰਦਾ ਸੀ ਕਿ ਤੁਸੀਂ ਵੀ ਉਹ ਫਿਲਮ ਦੇ ਵਿੱਚ ਮੈਂ ਆਪਣੇ ਆਪ ਸਲਮਾਨ ਖਾਨ ਨੂੰ ਸਮਝਦਾ ਸੀ ਉਹ ਵਾਹ ਹਾਂ ਕੀ ਬਾਤ ਹੈ ਅੱਜ ਵੀ ਮੈਂ ਥੋੜਾ ਬਹੁਤ ਲੱਗਦਾ ਕਿ ਜੀ ਵਾਹ ਕਮਾਲ ਦੀ ਗੱਲ ਹੈ ਬਟ ਮੇਰਾ ਜਿਹੜਾ ਹੀਰੋ ਆ ਸਲਮਾਨ ਹੈ ਦੈਟਸ ਆਸਮ ਵੈਰੀ ਗੁੱਡ ਫੇਵਰੇਟ ਫੂਡ ਜਿਹੜਾ ਹੀ ਪਿਆਰ ਮੈਂ ਖਵਾ ਦੇ ਬਈ ਓ ਖਾਣਾ ਆਲੂ ਗੋਭੀ ਬੜੀ ਪਸੰਦ ਹੈ ਹਾਂਜੀ ਫਿਰ ਇਹ ਜਵਾਬ ਤੁਹਾਡਾ ਬਹੁਤ ਗਲਤ ਹੈ ਸਾਗ ਕਿਉਂ ਜੀ ਕਿਉਂਕਿ ਪਿਆਰ ਦੇ ਨਾਲ ਜੋ ਕੋਈ ਜ਼ਹਿਰ ਜੁਰ ਵੀ ਦੇ ਸਕਦਾ ਹੈ ਅਗਲੇ ਦੀ ਟੈਨਸ਼ਨ ਨਾ ਮੈਂ ਮਰਾਂ ਨਹੀਂ 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 ਪਰ ਤੁਸੀਂ ਇੰਡੀਅਨ ਫੂਡ ਲਾਈਕ ਕਰਦੇ ਹੋ ਇੰਡੀਅਨ ਫੂਡ ਮੈਨੂੰ ਪਸੰਦ ਹੈ ਜਿੱਦਾਂ ਆਪਣਾ ਸਾਗ ਹੁੰਦਾ ਹੈ ਸਰਦੀਆਂ ਦੇ ਵਿੱਚ ਬੜਾ ਮਜ਼ਾ ਆਉਂਦਾ ਹਾਂਜੀ ਆਲੂ ਮਟਰ ਬੜੇ ਪਸੰਦ ਹੈ ਆਲੂ ਗੋਭੀ ਕਿਹੜੀ ਫਿਲਮ ਚ ਵੱਜਿਆ ਸੀ ਇਹਦਾ ਚੀਜ਼ ਯਾਦ ਹੈ ਕੁਛ ਇੱਕ ਵਾਰੀ ਫਿਰ ਕਰੋ
No idea. अच्छा मैं तो क्या तुझे अपने excited हो गया क्या ही क्या तुझे करिए ना कोई वादा किसी से करिए ना ਇਹ ਗੀਤ ਦੇ ਵਿੱਚ ਇਹ ਸੇਮ ਹੀ ਵੱਜੀ ਹੋਈ ਹੈ ਇਹ ਜਿਹੜਾ ਤੁਸੀਂ ਗੀਤ ਗਾਇਆ ਨਾ ਮੈਨੂੰ ਚੇਤਾ ਆ ਗਿਆ ਕਿਤੇ ਨੇ ਮੈਂ ਸੋਚਦੀ ਪਈ ਸੀਗੀ ਕਿ ਇੱਕ ਇਹੋ ਜਿਹਾ ਜ਼ਮਾਨਾ ਹੁੰਦਾ ਸੀਗਾ ਜਿਹੜਾ ਅੱਜ ਕੱਲ ਤਾਂ ਜਦੋਂ ਕੋਈ ਵੀ ਇੱਕ ਦੂਜੇ ਨੂੰ ਕੋਈ ਪ੍ਰੋਮਿਸ ਕਰਦਾ ਹੈ ਨਾ ਲਿਖ ਲਖਾਈਆਂ ਹੁੰਦਾ ਹੈ ਉਹ ਵੀ ਟੁੱਟ ਜਾਂਦੇ ਆ ਇੱਕ ਜ਼ਮਾਨਾ ਉਹ ਹੁੰਦਾ ਸੀ ਜਿਹੜਾ ਬੰਦੇ ਦੀ ਜ਼ਬਾਨ ਨਾ ਬਸ ਕਹਿੰਦੀ ਤਾਂ ਕਹਿੰਦੀ ਸਹੀ ਹੁਣ ਦੇਖੋ ਤਾਂ ਹੁਣ ਗਾਣੇ ਦੇਖ ਲਓ ਕਿੱਦਾਂ ਦੇ ਹੈ ਨਾ ਕੱਪੜਿਆਂ ਤੇ ਚੰਡੀਗੜ੍ਹ ਦੇ ਦੁਆਲੇ ਹੋਏ ਬਹੁਤ ਸਾਰੇ ਚੰਡੀਗੜ੍ਹ ਚ ਪਤਾ ਨਹੀਂ ਕੀ ਕੱਢਣਾ ਹਾਂਜੀ ਪਠਾਣਾ ਪਿੰਡ ਸੀ ਉਥੋਂ ਫਿਰ ਜਦੋਂ 47 ਦੀ ਵੰਡ ਹੋਈ ਉਸ ਤੋਂ ਬਾਅਦ ਫਿਰ ਦਾਦਾ ਜੀ ਦਾ ਇੱਥੇ ਵਿਆਹ ਆਇਆ ਫਿਰ ਉਸ ਤੋਂ ਬਾਅਦ ਗਾਂ ਤੋਂ ਗਾਂ ਅਸੀਂ ਗਾਂ ਪੋਤਰੇ ਤੋਂ ਮੈਨੂੰ ਸੋਰੀ ਇੱਕ ਚੀਜ਼ ਮੈਂ ਅੱਜ ਮਿਸ ਕਰ ਜਾਣੀ ਸੀ ਜਿਹੜੀ ਕਿ ਮੈਂ ਇੱਥੇ ਤੁਹਾਡੇ ਉਸ ਦਿਨ ਰੇਡੀਓ ਤੇ ਮੈਂ ਇਹ ਦੋ ਵਾਰੀ ਮਦਨ ਗੀਤ ਗਾਇਆ ਬੜਿਆਂ ਨੇ ਮੈਨੂੰ ਪਿਆਰ ਕੀਤਾ ਔਰ ਨਾਲ ਹੀ ਕਿਸੇ ਨੇ ਕਹਿਤਾ ਕਿ ਦਾਦੇ ਦਾਦੀਆਂ ਤੇ ਗਾਤਾ ਨਾਨੇ ਨਾਨੀਆਂ ਦਾ ਨਾਮ ਨਹੀਂ ਲਿਆ ਸੋ ਇਹ ਗੀਤ ਇੱਕ ਮੇਰੇ ਦਿਲ ਦੇ ਕਰੀਬ ਆ ਆ ਕੇ ਜੋ ਫੀਲ ਕੀਤਾ ਕੈਨੇਡਾ ਜਾ ਕੇ ਗਾਣਾ ਲਿਖਿਆ ਸੀਗਾ ਟੋਰਾਂਟੋ ਉਸ ਦਿਨ ਕੈਨੇਡਾ ਡੇ ਤੋਂ ਦੋ ਦਿਨ ਬਾਅਦ ਦੀ ਗੱਲ ਆ ਜਦੋਂ ਮੈਂ ਗਾਣਾ ਲਿਖਿਆ ਤੇ ਉੱਥੇ ਸ਼ੋਅ ਦੇ ਵਿੱਚ ਬੋਲਿਆ ਮੈਂ ਤੁਹਾਨੂੰ ਸੁਣਾਉਣਾ ਦਾਦੇ ਦਾਦੀਆਂ ਦਾ ਇੱਕ ਸੀਰੀਅਸ ਔਰ ਮੈਸੇਜ ਆ ਕਰ ਤਾਲੇ ਹੁੰਦੇ ਲੋਕੋ ਮਾਂ ਬਾਪ ਸਭ ਦੇ ਇੱਕ ਵਾਰੀ ਜੇ ਤੁਰ ਜਣ ਮਾਪੇ ਫਿਰ ਨਹੀਂ ਲੱਭਦੇ ਕਰ ਦੇ ਤਾਲੇ ਹੁੰਦੇ ਲੋਕੋ ਮਾਂ ਬਾਪ ਸਭ ਦੇ ਹੋ ਇੱਕ ਵਾਰੀ ਜੇ ਤੁਰ ਜਣ ਮਾਪੇ ਫਿਰ ਨਹੀਂ ਲੱਭਦੇ ਕਿਉਂਕਿ ਇਹ ਬਜ਼ੁਰਗ ਜਿਹੜੇ ਨਾ ਇਹ ਸਾਡਾ ਸਰਮਾਇਆ ਔਰ ਇੱਕ ਬਜ਼ੁਰਗ ਬਣਨ ਵਾਸਤੇ 100 ਸਾਲ ਲੱਗਦਾ ਹੈ ਜ਼ਿੰਦਗੀ ਬਣਾਉਣੀ ਪੈਂਦੀ ਹੈ ਸੋ ਮੈਂ ਸਾਰਿਆਂ ਨੂੰ ਇਹ ਮੈਸੇਜ ਕਰਾਂਗਾ ਕੈਨੇਡਾ ਵਾਲਿਆਂ ਨੂੰ ਸਰੀ ਵਾਲਿਆਂ ਨੂੰ ਕਿ ਆਪ ਆਪਣੇ ਜਿਹੜੇ ਤੁਸੀਂ ਇੰਡੀਆ ਤੋਂ ਮੰਮੀ ਡੈਡੀ ਬੁਲਾਉਂਦੇ ਆ ਉਹਨਾਂ ਦੀ ਪੂਰੀ ਰਿਸਪੈਕਟ ਕਰਿਆ ਕਰੋ ਕਿਉਂਕਿ ਇਹ ਹਮੇਸ਼ਾ ਤੁਹਾਡੇ ਕੋਲ ਨਹੀਂ ਰਹਿਣੇ ਇਹਨਾਂ ਨੂੰ ਪੂਰਾ ਪਿਆਰ ਕਰਿਆ ਕਰੋ ਇਹਨਾਂ ਦੀ ਦੁਆ ਤੁਹਾਨੂੰ ਗ੍ਰੀਨ ਕਾਰਡ ਵੀ ਦਵਾ ਦੂਗੀ ਤੁਹਾਨੂੰ ਇੱਥੇ ਪੱਕੀ ਕੁੜੀ ਵੀ ਦਵਾ ਦੂਗੀ ਸਭ ਕੁਝ ਮਿਲ ਜਾਏਗਾ ਮਾਂ ਪਿਓ ਦੀ ਸੇਵਾ ਕਰਿਆ ਜੀ ਦੈਟਸ ਰਾਈਟ ਐਬਸੋਲੂਟਲੀ ਰਾਈਟ ਜਿਹੜਾ ਤੁਹਾਡੇ ਪਿਛਲੀ ਐਲਬਮ ਆਈ ਸੀਗੀ ਅਤੇ ਹੁਣ ਕੋਈ ਆਰ ਯੂ ਵਰਕਿੰਗ ਔਨ ਐਨੀਥਿੰਗ ਨਿਊ ਇੱਕ ਨਵਾਂ ਗਾਣਾ ਕੀਤਾ ਸੀਗਾ ਜੋ ਕਿ ਮੇਰਾ ਫਰੈਂਡ ਹੈ ਗਬਜ਼ੀ ਉਹਦਾ ਇੱਕ ਗਾਣਾ ਹੈ ਉਹ ਵੀ ਜਿੱਦਾਂ ਹੁਣ ਆਪਾਂ ਰਾਤੀ ਗੱਲਬਾਤ ਕਰ ਰਹੇ ਹਾਂ ਇੱਥੇ ਬਹੁਤ ਸਾਰੇ ਲੋਕ ਇੰਡੀਆ 'ਚ ਫੋਨ ਬਹੁਤ ਫ੍ਰੀ ਹੈ
जे तू सोनी लगदी है हाय नी मेरे प्यार दा असर गए तारा रा 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 जे तू सोनी लगदी है हाय नी मेरे प्यार दा असर मन मोड़ी लगदी है हाय नी मेरे प्यार दा असर दिल ने किया जो दिल से दिल ने किया जो इकरार दा असर है जब सोनी लगदी है नी मेरे प्यार दा असर मन मोड़ी लगदी है नी मेरे प्यार दा असर पहले तो बन सवर के रहती नहीं कभी कितनी खूबसूरत हूँ कहती नहीं कभी पहले तो बस समझ के रहती नहीं कभी कितनी मैं खूबसूरत हूँ कहती नहीं कभी मैंने देखा आँख भर के मैंने देखा आँख भर के और एक बार दा असर है सोनी लगदी है हर मेरे प्यार दा असर लगदी है हर मेरे प्यार दा असर है।